ਵੱਲ ਵਧਣ ਦੀ ਕੋਸ਼ਿਸ਼। ਸ਼ੰਭੂ ਬਾਰਡਰ ਤੇ ਸਵੇਰ ਹੁੰਦਿਆਂ ਹੀ ਮਾਹੌਲ ਤਣਾਅਪੂਰਨ, ਪੁਲਿਸ ਨੇ ਮੁੜ ਸੁੱਟੇ ਅਥਰੂ ਗੈਸ ਦੇ ਗੋਲੇ। ਸ਼ੰਭੂ ਬਾਰਡਰ ਤੇ ਦੂਜੇ ਦਿਨ ਵੱਡੀ ਗਿਣਤੀ 'ਚ ਜੁਟੇ ਕਿਸਾਨ, ਦਿੱਲੀ ਕੂਚ ਲਈ ਬਜਿਦ। ਥੋੜੀ ਦੇਰ 'ਚ ਕਿਸਾਨ ਲੀਡਰਾਂ ਦੀ ਪ੍ਰੈਸ ਕਾਨਫਰੰਸ। ਸ਼ੰਭੂ ਬਾਰਡਰ ਤੇ ਬਣਿਆ ਸਿੰਘੂ ਬਾਰਡਰ ਵਰਗਾ ਮਾਹੌਲ। ਕਿਸਾਨਾਂ ਨੇ ਸੜਕਾਂ ਤੇ ਬਾਲੇ ਚੁੱਲੇ, ਟਰਾਲੀਆਂ ਤੇ ਬਿਸਤਰ ਲਾ ਕੇ ਗੁਜ਼ਾਰੀ ਰਾਤ। ਸ਼ੰਭੂ ਦੇ ਹਾਲਾਤ ਦੇਖਦੇ ਹੋਏ ਦਿੱਲੀ ਨੇੜੇ ਸਿੰਘੂ ਤੇ ਟਿਕਰੀ ਬਾਰਡਰ ਵੀ ਛਾਉਣੀ 'ਚ ਤਬਦੀਲ। ਚੱਪੇ ਚੱਪੇ ਤੇ ਪੁਲਿਸ ਤੇ ਆਰਏਐਫ ਦੀ ਤੈਨਾਤੀ। ਕਈ ਲੇਅਰਸ ਦੀ ਹੈਵੀ ਬੈਰੀਕੇਡਿੰਗ ਤੋਂ ਬਾਅਦ ਪਹਿਰਾ ਦੇ ਰਹੀਆਂ ਟੀਮਾਂ। ਰਾਹੁਲ ਗਾਂਧੀ ਨੇ ਸ਼ੰਭੂ ਬਾਰਡਰ ਤੇ ਟਕਰਾਅ ਦੌਰਾਨ ਜ਼ਖਮੀ ਕਿਸਾਨਾਂ ਨਾਲ ਫੋਨ ਤੇ ਕੀਤੀ ਗੱਲਬਾਤ। ਹਸਪਤਾਲ 'ਚ ਭਰਤੀ ਕਿਸਾਨਾਂ ਦੀ ਰਾਜਾ ਵੜਿੰਗ ਨੇ ਕਰਵਾਈ ਗੱਲ। ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ। ਪੰਜਾਬ 'ਚ ਇੰਟਰਨੈਟ ਇਸਤੇਮਾਲ ਕਰਨ ਤੇ ਆ ਰਹੀ ਪਰੇਸ਼ਾਨੀ। ਫਤਿਹਗੜ੍ਹ ਸਾਹਿਬ ਦੇ 2 ਕਿਲੋਮੀਟਰ ਇਲਾਕੇ 'ਚ ਇੰਟਰਨੈਟ ਬੰਦ। ਸੰਗਰੂਰ 'ਚ ਵੀ ਕਈ ਇਲਾਕਿਆਂ 'ਚ ਸਪੀਡ ਸਲੋ। ਹਰਿਆਣਾ ਨੇ 15 ਫਰਵਰੀ ਤੱਕ ਲਈ ਵਧਾਈ ਪਾਬੰਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ ਹਰਿਆਣਾ। ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ। ਕਿਸਾਨੀ ਅੰਦੋਲਨ 2 ਦਾ ਅੱਜ ਦੂਜਾ ਦਿਨ ਹੈ ਤੇ ਇਸ ਵਿਚਾਲੇ ਨਿਊਜ਼ 18 ਪੰਜਾਬ ਹਰਿਆਣਾ ਦੀ ਮਹਾ ਕਵਰੇਜ ਲਗਾਤਾਰ ਜਾਰੀ ਹੈ ਤੇ ਅੱਜ ਸ਼ੰਭੂ ਬਾਰਡਰ ਤੇ ਲਗਾਤਾਰ ਦੂਜੇ ਦਿਨ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਦੱਸ ਕੇ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ 'ਚ ਕਿਸਾਨ ਜੁਟੇ ਹੋਏ ਨੇ। ਕਿਸਾਨ ਦੇ ਵੱਲੋਂ ਮੁੜ ਦਿੱਲੀ ਕੂਚ ਵਧਣ ਦਾ ਕੋਸ਼ਿਸ਼ ਕੀਤੀ ਜਾਏਗੀ। ਸਵੇਰ ਹੁੰਦਿਆਂ ਹੀ ਅਥਰੂ ਗੈਸ ਦੇ ਗੋਲੇ ਜੋ ਹੈ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ ਸੁੱਟੇ ਗਏ। ਦੱਸ ਕੇ ਥੋੜੀ ਦੇਰ 'ਚ ਕਿਸਾਨ ਲੀਡਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ। ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਹੈ ਕਿ ਥੋੜੀ ਹੀ ਦੇਰ 'ਚ ਪ੍ਰੈਸ ਕਾਨਫਰੰਸ ਕੀਤੀ ਜਾਏਗੀ। ਜ਼ਾਹਰ ਜੀ ਗੱਲ ਹੈ ਕਿ ਅਗਲੀ ਜੋ ਸਟ੍ਰੈਟੇਜੀ ਕੀ ਰਹੇਗੀ ਉਹ ਐਲਾਨੀ ਜਾਏਗੀ, ਵਿਚਾਰ ਵਟਾਂਦਰਾ ਕੀਤਾ ਜਾਏਗਾ। ਕੱਲ ਵੀ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਟਕਰਾਅ ਵਾਲੀ ਸਥਿਤੀ ਜੋ ਹੈ ਉਹ ਬਣੀ ਸੀਗੀ ਤੇ ਸਵੇਰ ਦੀਆਂ ਤਸਵੀਰਾਂ ਹੇਠਲੇ ਪਾਸੇ ਤੁਹਾਨੂੰ ਵਿਖਾ ਰਹੇ। ਇਸ ਦੇ ਵਿਚਾਲੇ ਸਵੇਰ ਹੁੰਦਿਆਂ ਹੀ 14 ਫਰਵਰੀ ਸਵੇਰੇ 8 ਵਜੇ ਦੀਆਂ ਤਸਵੀਰਾਂ ਨੇ ਜਦੋਂ ਕਿ ਵੇਖਿਆ ਗਿਆ ਕਿ ਕੁਝ ਕਿਸਾਨ ਅੱਗੇ ਦੇ ਵੱਲ ਵੱਧ ਰਹੇ ਨੇ। ਇਸ ਦੇ ਵਿਚਾਲੇ ਪ੍ਰਸ਼ਾਸਨ ਕਾਫੀ ਅਲਰਟ ਹੈ, ਪੁਖਤਾ ਇੰਤਜ਼ਾਮਾਤ ਪ੍ਰਸ਼ਾਸਨ ਦੇ ਵੱਲੋਂ ਐਤਕੀ ਕੀਤੇ ਗਏ ਨੇ। ਕੋਈ ਚੂਕ ਜੋ ਹੈ ਪ੍ਰਸ਼ਾਸਨ 2020 'ਚ ਜੋ ਹੋਈ ਸੀਗੀ ਉਹ ਦੁਹਰਾਉਣਾ ਨਹੀਂ ਚਾਹੁੰਦਾ। ਇਸ ਦੇ ਵਿਚਾਲੇ ਜਦੋਂ ਵੀ ਪ੍ਰਸ਼ਾਸਨ ਨੂੰ ਅੰਦਾਜ਼ਾ ਹੁੰਦਾ ਹੈ, ਪੁਲਿਸ ਨੂੰ ਅੰਦਾਜ਼ਾ ਹੁੰਦਾ ਹੈ ਕਿ ਅੱਗੇ ਵੱਲ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਥਰੂ ਗੈਸ ਦੇ ਗੋਲੇ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ ਦਾਗ ਦਿੱਤੇ ਜਾਂਦੇ ਨੇ। ਕੱਲ੍ਹ ਦੀ ਵੀ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਜਦੋਂ ਕਿ 7 ਘੰਟੇ ਤੱਕ ਜਦੋਂ ਜਹਿਦ ਕਿਸਾਨਾਂ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਸੀਗੀ। ਜਦੋਂ ਹੀ ਜਿਵੇਂ ਹੀ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਜਾਂਦੀ ਸੀਗੀ ਅੱਗੇ ਵਧਣ ਦੀ, ਜੋ ਟੀਮਾਂ ਨੇ ਉੱਥੇ ਪੁਲਿਸ ਦੀਆਂ ਉਹਨਾਂ ਦੇ ਵੱਲੋਂ ਸਮਾਲ ਇੰਟਰਵਲਸ ਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਟੀਅਰ ਗੈਸ ਦੇ ਗੋਲੇ, ਹੰਝੂ ਗੈਸ ਦੇ ਗੋਲੇ ਦਾਗ ਦਿੱਤੇ ਜਾਂਦੇ ਸੀਗੇ। ਇਸ ਵਿਚਾਲੇ ਕੱਲ੍ਹ ਕਿਸਾਨਾਂ 'ਚ ਭਾਰੀ ਰੋਸ ਵੀ ਵੇਖਣ ਨੂੰ ਮਿਲਿਆ ਸੀਗਾ। ਕੱਲ੍ਹ ਕਿਸਾਨ ਨੇ ਕਿਹਾ ਸੀਗਾ ਕਿ ਆ ਕਾਲਾ ਦਿਨ ਹੈ। ਇਸ ਵਿਚਾਲੇ ਕੇਂਦਰ ਤੇ ਵੀ ਹਮਲਾ ਕੀਤਾ ਗਿਆ ਸੀਗਾ ਕਿ ਕੇਂਦਰ ਦੇ ਵੱਲੋਂ ਹੀ ਆ ਹਮਲਾ ਕਿਸਾਨਾਂ ਤੇ ਕਰਵਾਇਆ ਜਾ ਰਿਹਾ ਹੈ। ਸਵੇਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ। ਵੱਡੀ ਗਿਣਤੀ 'ਚ ਜੋ ਹੈ ਕਿਸਾਨ ਉੱਥੇ ਹੀ ਉਹਨਾਂ ਦੇ ਵੱਲੋਂ ਰਾਤ ਬਿਤਾਈ ਗਈ। ਸਿੰਘੂ ਬਾਰਡਰ ਦੀ ਕਿਤਨਾ ਕਿਤੇ ਜੋ ਤਸਵੀਰ ਸੀਗੀ ਉਹ ਯਾਦ ਹੋ ਗਈ। ਇਸ ਦੇ ਵਿਚਾਲੇ ਵੇਖਿਆ ਜਾ ਸਕਦਾ ਕਿ ਲੰਬੀਆਂ ਲੰਬੀਆਂ ਕਤਾਰਾਂ ਜੋ ਟਰੈਕਟਰ ਟਰਾਲੀ ਦੀਆਂ ਉੱਥੇ ਨਜ਼ਰ ਆ ਰਹੀਆਂ ਨੇ। ਇਸ ਦੇ ਵਿਚਾਲੇ ਦੋ ਦੋ ਤਿੰਨ ਤਿੰਨ ਟਰਾਲੀਆਂ ਟਰੈਕਟਰ ਦੇ ਪਿੱਛੇ ਲਗਾਈਆਂ ਗਈਆਂ ਨੇ, ਤਰਪਾਲਾਂ ਲਗਾਈਆਂ ਗਈਆਂ ਨੇ, ਸਾਰਾ ਸਮਾਨ ਹੈ। ਇਸ ਦੇ ਵਿਚਾਲੇ ਕਿਸਾਨ ਦਾ ਕਹਿਣਾ ਸੀਗਾ ਕਿ 6 ਮਹੀਨੇ ਦਾ ਰਾਸ਼ਨ ਉਹ ਲੈ ਕੇ ਕਿਤਨਾ ਕਿਤੇ ਤੁਰ ਰਹੇ ਨੇ। ਇਸ ਵਿਚਾਲੇ ਰਾਤ ਇਹਨਾਂ ਟਰਾਲੀਆਂ 'ਚ ਕਿਸਾਨਾਂ ਦੇ ਵੱਲੋਂ ਬਿਤਾਈ ਗਈ ਹੈ ਤੇ ਅੱਜ ਮੁੜ ਤੋਂ ਸਟ੍ਰੈਟਜੀ ਜੋ ਹੈ ਕੀ ਬਣੇਗੀ, ਰਣਨੀਤੀ ਕੀ ਕਿਸਾਨਾਂ ਦੇ ਵੱਲੋਂ ਅਪਣਾਈ ਜਾਂਦੀ ਹੈ। ਇਸ ਵਿਚਾਲੇ ਜੇ ਅਸੀਂ ਪ੍ਰਸ਼ਾਸਨ ਦੀ ਗੱਲ ਕਰੀਏ, ਪ੍ਰਸ਼ਾਸਨ ਨੇ ਵੀ ਪੁਖਤਾ ਇੰਤਜ਼ਾਮਾਤ ਇਸ ਵਾਰ ਕੀਤੇ ਗਏ ਨੇ। 7 ਲੇਅਰਸ ਦੀ ਬੈਰੀਕੇਡਿੰਗ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ। ਹਾਲਾਂਕਿ ਕੱਲ੍ਹ ਜੋ ਕਿਸਾਨ ਦੇ ਵੱਲੋਂ ਅੱਗੇ ਕੁਝ ਕੀਤਾ ਗਿਆ ਸੀਗਾ, 2 ਲੇਅਰ ਦੀ ਬੈਰੀਕੇਡਿੰਗ ਹਟਾਉਣ 'ਚ ਉਹ ਕਾਮਯਾਬ ਵੀ ਰਹੇ ਸੀਗੇ, ਪਰ ਪ੍ਰਸ਼ਾਸਨ ਵੀ ਉੱਥੋਂ ਅਲਰਟ ਹੈ। ਜਿਵੇਂ ਹੀ ਹਲਚਲ ਹੁੰਦੀ ਹੈ ਲੱਗਦਾ ਹੈ ਕਿ ਕੋਈ ਅੱਗੇ ਆ ਰਿਹਾ ਹੈ ਤੇ ਅਥਰੂ ਗੈਸ ਦੇ ਗੋਲੇ ਤੱਕ ਦਾਗ ਦਿੱਤੇ ਜਾਂਦੇ ਨੇ। ਉੱਪਰਲੇ ਪਾਸੇ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ, ਡਰੋਨ ਦੇ ਰਾਹੀਂ ਹੀ ਟੀਅਰ ਗੈਸ ਦੇ ਗੋਲੇ ਵੀ ਜੋ ਨੇ ਉਹ ਦਾਗੇ ਗਏ।
ਉਧਰ ਸ਼ੰਭੂ ਬਾਰਡਰ ਦਾ ਮਾਹੌਲ 2020 ਦੇ ਸਿੰਘੂ ਮੋਰਚੇ ਦੀ ਯਾਦ ਦਿਵਾਰਿਆ ਹੈ। ਕਿਸਾਨਾਂ ਨੇ ਸੜਕਾਂ ਤੇ ਚੁੱਲੇ ਬਾਲੇ ਹੋਏ ਨੇ, ਸਵੇਰ ਤੋਂ ਹੀ ਚਾਹ ਵਰਤਾਈ ਜਾ ਰਹੀ ਹੈ ਤੇ ਲੰਗਰ ਤਿਆਰ ਕੀਤੇ ਜਾ ਰਹੇ ਨੇ। ਵੱਡੀ ਗਿਣਤੀ ਚ ਕਿਸਾਨ ਮੁੜ ਦਿੱਲੀ ਕੂਚ ਦੀ ਤਿਆਰੀ ਕਰ ਰਹੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ, ਪਰ ਇੰਜ ਜਾਪਦਾ ਹੈ ਕਿ ਅੱਜ ਤਸਵੀਰਾਂ ਨੇ ਆ ਜੋ ਹੈ ਇਹਨਾਂ ਤਸਵੀਰਾਂ ਯਾਦ ਕਰਾਈਆਂ 2020 ਸਿੰਘੂ ਬਾਰਡਰ ਦਾ। आंदोलन के चलते सुबह हो चुकी है और आप देख सकते हैं कि सुबह का लंगर शुरू हो चुका है। जो एक सिख धर्म में सेवा भाव होता है, वो सेवा भाव यहाँ दिख रहा है। कहीं ना कहीं चाय का लंगर जो है सुबह सुबह चालू हो गया है और सभी लोग जो है वो चाय छक रहे हैं, बिस्किट हैं, चाय हैं, वो यहाँ सब लोग छक रहे हैं। तो आंदोलन जो है वो अभी 9 बजे के बाद शुरू होगा, लेकिन उससे पहले जो चाय है, बिस्किट है या जो भी खाना पीना है वो यहाँ किया जा रहा है। तो कहीं ना कहीं एक आंदोलन की जो रूपरेखा है वो अब 9 बजे के बाद बननी शुरू होगी और किस तरह से आगे आंदोलन चलेगा, क्या रहने वाला है, वो जो नेता आएंगे वो फैसला करेंगे कि अब आगे बढ़ना है या यहीं इसी को जो शंभू बॉर्डर जो है इसी को यहाँ से ही कंटिन्यू करना है। अब देख सकते हैं कि लंबी फहरिस्त है ट्रैक्टरों की, जो उसके अंदर किसान जो है अभी अंदर भी मौजूद हैं, बाहर भी निकल रहे हैं और कुछ कुछ बाहर चाय पीने के लिए आ रहे हैं। तो कहीं ना कहीं मंजर जो है वो वैसा ही दिख रहा है जैसा 2 साल पहले हमने सिंघू बॉर्डर पर, टिकरी बॉर्डर पर देखा था, वैसा ही मंजर यहाँ पूरी तरह से शुरू हो गया है। रात में भी यहीं ट्रॉलियों के अंदर, ट्रैक्टर ट्रॉलियों के अंदर रात गुजारी है किसानों ने, लेकिन अब जो फैसला है वो अब किसान जो नेता हैं उन्होंने लेना है। हमारी कुछ किसानों से भी बात हुई, उन्होंने कहा जो भी नेता फैसला लेंगे हम उसके अनुसार आगे बढ़ेंगे और अगर वो कहते हैं कि यहीं रहना है तो यहीं रह करके इस आंदोलन को जारी रखेंगे। कैमरामैन सनमप्रीत के साथ अंकित दुदानी, न्यूज 18 शंभू बॉर्डर। किसान आंदोलन चल रहा है और हम शंभू बॉर्डर पर मौजूद हैं और आप देख सकते हैं कि एक किसान है, उनके सर के ऊपर गोली लगी है। जो बुलेट चलाई जा रही है, प्लास्टिक की बुलेट्स जो चलाई जा रही हैं, वो सर के ऊपर लगी है और सर के ऊपर आप देख सकते हैं पट्टी बंधी है, आंख बिल्कुल लाल हो चुकी है। तो कहीं ना कहीं कल जिस तरह से आंसू गैस के गोले छोड़े गए, गोलियां चलाई गई, वो किसानों के ऊपर जरूर चली है। किस तरह से देखते हैं, आपके ऊपर भी लगी है, पुलिस वाले कह रहे हैं हमारे ऊपर भी लगी है। नहीं, वो उन्होंने बंदे बीजेपी के बंदे वो रूड़े मारते हैं, वो फिर पिस्तल दी गोलियां भी चलाइया उन्होंने। ਸਾਨੂੰ ਨਾ ਧੱਕਾ ਜਬਰ ਸ਼ਰਾਰਤ ਬੰਦੇ ਉਹਨਾਂ ਦੇ, ਸਾਡਾ ਬੰਦਾ ਕੋਈ ਸ਼ਰਾਰਤੀ ਅਰਸਰ ਨਹੀਂ, ਉਹ ਉਹਨਾਂ ਦੇ ਬੰਦੇ ਛੱਡੇ ਗਏ ਆ। ਉਹਨਾਂ ਹੋ ਸਕਦਾ ਪਿੱਤਲ ਦੀਆਂ ਪੁਲਿਸ ਨੇ ਨਾ ਚਲਾਈਆਂ, ਉਹਨਾਂ ਨੇ ਚਲਾਈਆਂ ਹੁਣ ਗੋਲੀਆਂ, ਪਿੱਤਲ ਦੀਆਂ ਅਸਲੀ ਗੋਲੀਆਂ ਵੀ ਚੱਲੀਆਂ, ਪੱਕੀਆਂ ਗੋਲੀਆਂ ਚੱਲੀਆਂ, ਟਾਇਰ ਦੇ ਟਾਇਰਾਂ 'ਚ ਵੱਜੀਆਂ। ਪਰ ਇਹ ਕੱਲ੍ਹ ਦਿਨ ਮੈਂ ਲੱਗੀ ਆ, ਰਾਤ ਮੈਂ ਲੱਗੀ ਹੈ, ਆਹ ਸਮੇਂ ਸ਼ਾਮ ਕੋਲ ਲੱਗੀ ਹੈ। ਹਾਂ, ਇਹ ਸਰਕਾਰ ਧੱਕਾ ਕਰ ਰਹੀ, ਬੀਜੇਪੀ ਇੱਕ ਪਾਸੇ ਕਹਿ ਰਹੀ ਹੈ ਵੀ ਤੁਹਾਡੇ, ਦੂਜਾ ਹਮਦਰਦੀ ਹੈ ਵੀ ਸਾਡੇ, ਇਹ ਜਾਣ ਬੁੱਝ ਕੇ ਤਾਨਾਸ਼ਾਹੀ ਸਰਕਾਰ ਹੈ। ਆਪਕੋ ਲਗਤਾ ਹੈ ਕਿ ਕੋਈ ਬਾਤਚੀਤ ਸੇ ਸਮਝੌਤਾ ਹੋ ਪਾਏਗਾ? ਸਮਝੌਤਾ ਕਰਨਾ ਚਾਹੀਦਾ, ਇਹਦਾ ਆਪਣੇ ਹੱਕਾਂ ਦੀ ਖਾਤਰ ਆਏ। ਰਾਜੀ ਨੇ ਸਰਕਾਰ ਹੀ ਕਰਨਾ, ਸਰਕਾਰ ਨਹੀਂ ਕਰਨਾ, ਸਰਕਾਰ ਸਾਨੂੰ ਇਹ ਗੋਲੀਆਂ ਮਾਰਨ ਦਾ ਹੱਕ ਵੀ ਅਧਿਕਾਰ ਹੈ ਕਿਸੇ ਨੂੰ? ਜੇ ਸ਼ਾਂਤਮਈ ਢੰਗ ਨਾਲ ਧਰਨਾ ਚੱਲ ਰਿਹਾ, ਗੋਲੀ ਚਲਾਉਣ ਦਾ ਆਰਡਰ ਹੈ, ਹੁਕਮ ਹੈ ਕੋਈ? ਕਿਆ ਕਹਿੰਗੇ ਨਹੀਂ, ਸਰਕਾਰ ਨੇ ਅੱਜ ਤੋਂ 3 ਸਾਲ ਪਹਿਲਾਂ ਮੰਗਾਂ ਮੰਨੀਆਂ ਸਾਡੀਆਂ, ਲਾਗੂ ਕਰਦੇ ਸਰਕਾਰ ਨਾਲ ਸਾਡਾ ਰੌਲਾ ਕਾਹਦਾ? ਸਰਕਾਰ ਤੋਂ ਹੀ ਮੰਗਦੇ, ਸਰਕਾਰ ਨੇ ਜੋ ਮੰਨਿਆ ਉਹ ਮੰਗਣ ਡੇ, ਕੋਈ ਵੱਧ ਮੰਗਣ ਨਹੀਂ, ਨਾ ਦੇ ਅਧਿਕਾਰ ਮੰਗਣ ਡੇ ਸਰਕਾਰ ਸਾਹਿਬ ਤੋਂ। ਤਾਨਾਸ਼ਾਹੀ ਰਵੱਈਆ ਕਰਨ ਡਈ ਸਾਡੇ 2021 'ਚ ਸਾਨੂੰ ਪਿਛਲੇ ਅੰਦੋਲਨ 'ਚ ਕਿਉਂ ਉਠਾਇਆ ਗਿਆ ਸੀਗਾ? ਉਹਨਾਂ ਨੇ ਸਾਨੂੰ ਸਹਿਮਤੀ ਮੰਗਾਂ ਮੰਨ ਕੇ ਦਿੱਤੀ ਸੀਗੀ ਵੀ ਅਸੀਂ ਇਹ ਮੰਗਾਂ ਤੁਹਾਡੀਆਂ ਮੰਨ ਲਈਆਂ, ਇਹਨਾਂ ਨੂੰ ਅਸੀਂ ਸੈਸ਼ਨ 'ਚ ਆਪਦੇ ਪਾਸ ਕਰਕੇ ਇਹਨਾਂ ਨੂੰ ਲਾਗੂ ਕਰਾਂਗੇ। ਪਰ ਦੱਸੋ ਹੁਣ ਕੀ ਹੋ ਗਿਆ? 2 ਸਾਲ ਬਾਅਦ
क्यों नहीं कर रहे हो? लेकिन दो दौर की बातचीत हो चुकी, केंद्रीय मंत्री आए थे, वो कह रहे हैं कुछ मांगे हमने मान लिए, कुछ पे कमेटी बनानी पड़ेगी, तुरंत नहीं मांगी जा सकती। कमेटी नहीं बनी है, तीन साल हो गए, उन्होंने कमेटी कदों बननी, उदों ही कमेटी बुलाने दे, हुण कमेटी फिर डिले कर दो, कमेटी बनाई, कमेटी कदों बनी? कमेटी सरकार जो जिहड़े मंत्री आउंदे उन्हां कोल अधिकार ही नहीं अपना न्याय लैण की करना, वही पिछे डके भेजांगे, सुनावांगे, सुलावांगे। सर जी लेकिन जिस तरह से एमएसपी का कानून है, तो एमएसपी का कानून तो संसद में बनेगा, तो अब संसद को किस तरह से देखते, क्योंकि अब तो चुनाव आने वाले हैं। संसद हजे तो उन्होंने है जी, हुण जे एडी छेती आ साडे ते दो तीन दिन कानून लागू कर सकते, गोलियां चलाउण दा, बंब चलाउण दा, ते कानून संसद उन्हां दी आ, उह तां मिंट इक च अज बहि जाण संसद च, अज पास कर देण, उन्हां कोल मेजोरिटी आ। गोलियां बनाउण नूं उहने की नहीं बनाउणा, जो मर्जी बहुमत उहनां कोल आ, 400 एमपी उहनां कोल आ, की उहनां कदे पासों लैण जाणा, सब कुछ उहदे कोल आ, इक दिन च बन सकदा। सर जी जिन्ना पंजाब ते थोपिया गया, इह वक्खवादी आ, इह अतवादी आ, इह खालिस्तानी आ, पर अज इहनां ने साबित करता, दिल्ली वालिआं ने, मोदी सरकार ने साबित करता वी पंजाब वाकया इन्हों वाका भारत का हिस्सा नहीं गा, अज इन्ह ने बार्डर बनाते हैं। अब किस तरह का फैसला रहेगा, क्योंकि आज का दिन था और जो आपके आगू हैं वो कह रहे थे कि आज फैसला लेंगे, आह चीजा चलाते हैं, वो वेख लो ਜਿਹੜੀਆਂ ਚਲਾਉਂਦੇ ਆ ਨਾ ਗੋਲੀ, ਆਹ ਬਾਈ ਵੀ ਮਤ ਤੇ ਐਲ ਆਰ ਦੀ ਵੀ ਚੱਲੀ ਆ, ਉਹਦੇ ਟਾਇਰ ਐਲ ਆਰ ਦੀ ਵੀ ਗੋਲੀਆਂ ਵੀ ਚੱਲੀ, ਹਾਂ ਚੱਲੀ ਐਲ ਆਰ ਨੇ ਬੜੇ ਆ ਟਾਇਰ ਪੱਕੀਆਂ ਗੋਲੀਆਂ ਮਾ ਰਾਤੀ ਇੱਥੇ। ਸਰ ਜੀ ਨੀਤੀ ਉਹ ਤਾਂ ਆਗੂਆਂ ਨੇ ਫੈਸਲਾ ਕਰਨਾ, ਜੋ ਵੀ ਆਪਣੇ ਕਿਸਾਨ ਆਗੂ ਨੇ ਉਹ ਫੈਸਲਾ ਕਰਨਗੇ ਅੱਗੇ ਦੀ ਰਣਨੀਤੀ ਕੀ ਆ, ਪਰ ਹੁਣ ਇੱਕ ਗੱਲ ਜ਼ਰੂਰ ਸਿੱਧ ਕਰਤੀ ਆ, ਸਾਡੇ ਨੌਜਵਾਨਾਂ 'ਚ ਤਾਂ ਇਹ ਹੋ ਗਿਆ ਜੀ, ਹੁਣ ਕਾਨੂੰਨ ਤਾਂ ਜਿਹੜੇ ਰੱਦ ਕਰਾਉਣੇ ਕਰਾਉਣੇ ਆ, ਹੁਣ ਤਾਂ ਇੱਕ ਅੜ ਭੰਨਣੀ ਆ, ਜਿਹੜੀ ਇਹਨਾਂ ਦੀ ਅੜ ਆ ਉਹ ਅੜ ਭੰਨਣੀ ਆ ਦਿੱਲੀ ਸਰਕਾਰ ਦੀ, ਅਸੀਂ ਤਾਂ ਅੜ ਭੰਨਣੀ ਆ ਜੀ, ਵੀ ਜਿਹੜਾ ਇਹਨਾਂ ਨੇ ਸਾਡੀ ਦਿੱਲੀ ਰਾਜਧਾਨੀ ਆ, ਸਾਡਾ ਆਜ਼ਾਦ ਆ ਕਹਿ ਦੇਣ ਵੀ ਇਹ ਪੰਜਾਬ ਸਟੇਟ ਹੈ ਨਹੀਂ ਭਾਰਤ ਦੀ। ਆਰ ਪਾਰ ਕੀ ਲੜਾਈ ਲੜੀ ਜਾਏਗੀ? ਹਾਂਜੀ ਲੜੀ ਜਾਊਗੀ, ਲੜੀ ਹਾਂਜੀ ਲੜੀ ਜਾਊਗੀ, ਅਸੀਂ ਤਾਂ ਛਾਤ ਮੇ ਹੀ ਚੱਲਣਾ, ਉਹ ਗੌਰਮੈਂਟ ਹੀ ਧੱਕਾ ਕਰਦੀ ਆ, ਕੋਈ ਜੱਟ ਧੱਕਾ ਨਹੀਂ ਕਰਦਾ। ਅੱਠ ਵਜੇ ਦਾ ਸਮਾਂ ਤੇ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਨੇ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਹਲੇ ਕਿਸਾਨ ਇੱਥੇ ਪਹੁੰਚੇ ਵੀ ਨਹੀਂ, ਜ਼ਿਆਦਾ ਕੁਝ ਕੁ ਕਿਸਾਨ ਅੱਗੇ ਨੇ, ਜ਼ਿਆਦਾਤਰ ਕਿਸਾਨ ਵਾਲੇ ਪਿੱਛੇ ਨੇ। 9 ਵਜੇ ਦਾ ਸਮਾਂ ਦਿੱਤਾ ਗਿਆ ਪਰ ਹਰਿਆਣਾ ਪੁਲਿਸ ਨੇ ਅਥਰੂ ਗੈਸ ਸਿੱਟਣੀ ਸ਼ੁਰੂ ਕਰ ਦਿੱਤੀ ਹੈ, ਥੋੜ੍ਹੀ ਥੋੜ੍ਹੀ ਦੇਰ ਬਾਅਦ ਆ, ਹੁਣ ਕਰੀਬ 1-2 ਮਿੰਟਾਂ ਦੇ ਵਿੱਚ ਹੀ 6-7 ਅਥਰੂ ਗੈਸ ਦੇ ਗੋਲੇ ਇੱਕ ਹੋਰ ਸਿੱਟਿਆ, ਆਹ ਦੇਖੋ ਅਸਮਾਨ ਤੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ, ਆਹ ਆਵਾਜ਼ਾਂ ਤੁਸੀਂ ਸੁਣ ਰਹੇ ਹੋ। ਤਾਂ ਸਵੇਰੇ ਹੀ 8 ਵਜਦੇ ਹੀ, ਦਿਨ ਚੜ੍ਹਦੇ ਹੀ, ਜਿੱਦਾਂ ਹੀ ਸੂਰਜ ਚੜ੍ਹਿਆ ਤਾਂ ਸੂਰਜ ਚੜ੍ਹਦੇ ਹੀ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਨੇ। ਤਾਂ ਇਹ ਤਸਵੀਰ ਸ਼ੰਭੂ ਬੈਰੀਅਰ ਦੀ ਇੱਕ ਵਾਰ ਫਿਰ ਤੋਂ ਅੱਜ ਫਿਰ ਉਹੀ ਤਸਵੀਰ ਦਿਖਦੀ ਹੈ, ਅੱਜ ਫਿਰ ਦਿਨ ਚੜ੍ਹਦੇ ਹੀ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਨੇ। ਹਾਲਾਂਕਿ ਕੁਝ ਕੁ ਕਿਸਾਨ ਹਾਲੇ ਅੱਗੇ ਆਏ ਸੀ, ਨੌਜਵਾਨ ਕਿਸਾਨ, ਜਿਵੇਂ ਸਵੇਰੇ ਅਸੀਂ ਦੇਖਿਆ ਸੀ ਕਿ ਰਾਤ ਜਿਵੇਂ ਉੱਥੇ ਨੇੜੇ ਖੜੇ ਸੀ ਹਰਿਆਣਾ ਪੁਲਿਸ ਦੇ ਖਨੌਰੀ ਬੈਰੀਅਰ ਤੇ, ਤਾਂ ਇੱਥੇ ਵੀ ਅੱਜ ਜਦੋਂ ਥੋੜ੍ਹੇ ਬਹੁਤੇ ਕਿਸਾਨ ਸਵੇਰੇ ਜਾ ਕੇ ਦੇਖਦੇ ਨੇ ਕਿ ਭਾਈ ਦੇਖੀਏ ਕਿ ਸ਼ਾਇਦ ਮਾਹੌਲ ਸ਼ਾਂਤ ਹੋ ਗਿਆ ਹੋਵੇ, ਪਰ ਜਿੱਦਾਂ ਹੀ ਕਿਸਾਨ ਅੱਗੇ ਗਏ ਨੇ ਤਾਂ ਦਿਨ ਚੜ੍ਹਦੇ ਹੀ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ, ਧਮਾਕਿਆਂ ਦੇ ਨਾਲ ਸਵੇਰ ਦੀ ਸ਼ੁਰੂਆਤ ਹੋਈ ਹੈ, ਕਹਾਂਗੇ ਕਿ ਇੱਕ ਵਾਰ ਫਿਰ ਤੋਂ ਗੇਮਾਂ ਗੇਮੀ ਸ਼ੁਰੂ, ਹਲਚਲ ਸ਼ੁਰੂ। ਹਰਿਆਣਾ ਪੁਲਿਸ ਨੇ ਕਰੀਬ 8-10 ਗੋਲੇ ਜਿਹੜੇ ਨੇ ਅਥਰੂ ਗੈਸ ਦੇ ਉਹ ਸੁੱਟੇ ਨੇ, ਪਰ ਇਹ ਤੁਸੀਂ ਦੇਖ ਰਹੇ ਹਾਂ ਕਿ ਕਿਸਾਨ ਹਾਲੇ ਇੱਥੇ ਥੋੜ੍ਹੀ ਗਿਣਤੀ 'ਚ ਆਏ ਸੀ, ਕਿਉਂਕਿ ਕਿਸਾਨਾਂ ਨੇ ਸਾਫ਼ ਤੌਰ 'ਤੇ ਕਹਿੰਦੇ ਨੇ ਕਿਹਾ ਹੈ ਕਿ ਕਰੀਬ 9 ਵਜੇ ਦੇ ਆਸ ਪਾਸ ਦਾ ਸਮਾਂ ਰੱਖਿਆ ਸੀ। ਕਿਸਾਨਾਂ ਦੇ ਸਮਰਥਨ 'ਚ ਸ਼ੰਭੂ ਬਾਰਡਰ 'ਤੇ ਪੰਜਾਬੀ ਸਿੰਗਰ ਵੀ ਜੁਟੇ ਨੇ, ਦੱਸ ਕੇ ਰੇਸ਼ਮ ਅਨਮੋਲ ਨੇ ਸ਼ੰਭੂ ਬਾਰਡਰ 'ਤੇ ਪਹੁੰਚ ਕੇ ਕਿਸਾਨਾਂ ਦੇ ਹੱਕ 'ਚ ਗੀਤ ਵੀ ਗਾਇਆ। ਰੇਸ਼ਮ ਅਨਮੋਲ ਬੇਸ਼ੱਕ ਇੱਕ ਗਾਇਕ ਨੇ, ਪਰ ਇਹ ਉਹ ਚਿਹਰਾ ਜਿਹੜੇ ਸਭ ਤੋਂ ਪਹਿਲਾਂ ਕਿਸਾਨ ਹਜੇ ਕੱਲ੍ਹ ਆਏ, ਇਹ 2 ਦਿਨ ਪਹਿਲਾਂ ਇੱਥੇ ਆ ਗਏ ਸੀ ਹੌਸਲਾ ਅਫਜ਼ਾਈ ਕਰਨ ਦੇ ਲਈ, ਕਿਉਂਕਿ
ਪਿਛਲੇ ਅੰਦੋਲਨ ਦੇ ਦੌਰਾਨ ਵੀ ਗਾਇਕਾਂ ਨੇ ਵੱਡਾ ਯੋਗਦਾਨ ਦਿੱਤਾ। ਰਿਸ਼ਮ, ਤੁਸੀਂ ਉਸ ਦਿਨ ਵੀ ਆਏ ਸੀ, ਅੱਜ ਆਏ ਹੋ, ਕੱਲ੍ਹ ਤੁਸੀਂ ਇੱਥੇ ਤਸਵੀਰ ਦੇਖੀ ਕਿ ਬੇਸ਼ੱਕ ਨੌਜਵਾਨ ਜੋਸ਼ 'ਚ ਨੇ, ਪਰ ਜਿਵੇਂ ਉੱਧਰੋਂ ਜ਼ਖਮੀ ਹੋਏ ਨੌਜਵਾਨ, ਜਿਵੇਂ ਗੋਲੇ ਸਿੱਟੇ ਗਏ, ਐਸੇ ਹਾਲਾਤਾਂ ਦੇ ਵਿੱਚ ਅੱਜ ਰੇਸ਼ਮ ਅਨਮੋਲ ਇਹਨਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕਰੇਗਾ? ਸਾਡੀ ਡਿਕਸ਼ਨਰੀ ਦੇ ਵਿੱਚ ਇੱਕੋ ਸ਼ਬਦ ਹੈ, ਚੜ੍ਹਦੀ ਕਲਾ, ਚੜ੍ਹਦੀ ਕਲਾ, ਚੜ੍ਹਦੀ ਕਲਾ। ਕਿਉਂਕਿ ਕਾਰਪੋਰੇਟ ਦੇ ਨਾਲ ਲੜਾਈ ਹੈ, ਇਹ ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ। ਪੂਰੀ ਦੁਨੀਆ ਦਾ ਜਿਹੜਾ ਕਾਰਪੋਰੇਟ ਮਾਡਲ ਹੈ, ਉਹ ਨਹੀਂ ਚਾਹੁੰਦਾ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣ, ਉਹ ਨਹੀਂ ਚਾਹੁੰਦਾ MSP ਦਾ ਕਾਨੂੰਨ ਬਣੇ, ਉਹ ਨਹੀਂ ਚਾਹੁੰਦਾ C2+50 ਜਿਹੜਾ ਕਿ ਸਵਾਮੀਨਾਥਨ ਜੀ ਜਿਹਨਾਂ ਨੂੰ ਭਾਰਤ ਰਤਨ ਦਿੱਤਾ, ਉਹਨਾਂ ਨੇ ਇੰਨੀ ਮਿਹਨਤ ਕਰਕੇ ਇੱਕ ਫਾਰਮੂਲਾ ਕੱਢਿਆ ਸੀ। ਕਿਉਂਕਿ ਕਿਸਾਨਾਂ ਨੂੰ ਨਾ ਤਾਂ ਓਵਰ ਟਾਈਮ ਮਿਲਦਾ, ਨਾ ਇਹ ਹੈ ਕਿ 7-8 ਘੰਟੇ ਡਿਊਟੀ ਕਰਨੀ ਹੈ, ਨਾ ਕੋਈ ਵੀਕਐਂਡ ਮਿਲਦਾ, ਨਾ ਛੁੱਟੀ ਮਿਲਦੀ ਹੈ, ਨਾ ਭੱਤੇ ਮਿਲਦੇ ਹੈ, ਹੈ ਨਾ, ਅਤੇ ਉਹਦਾ ਟੱਬਰ ਵੀ ਸਾਰਾ ਲੱਗਿਆ ਰਹਿੰਦਾ ਨਾਲ। ਤਾਂ ਬੜੀ ਰਿਸਰਚ ਕਰਕੇ ਉਹਨਾਂ ਨੇ ਫਾਰਮੂਲਾ ਬਣਾਇਆ ਸੀ ਕਿ ਕਿਸਾਨਾਂ ਨੂੰ ਇਹ ਡਿਜ਼ਰਵ ਕਰਦੇ ਆ, ਇੰਨਾ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਅਤੇ ਕਾਰਪੋਰੇਟ ਨਹੀਂ ਚਾਹੁੰਦਾ ਉਹ ਹੱਕ ਇਹਨਾਂ ਨੂੰ ਦਿੱਤੇ ਜਾਣ। ਅਤੇ ਬਾਕੀ ਇਹ ਡਿਮਾਂਡਾਂ ਨਹੀਂ ਹੈਗੀਆਂ, ਇਹ ਕਮਿਟਮੈਂਟਸ ਹੈ ਸਰਕਾਰਾਂ ਦੀਆਂ। ਪਿਛਲੇ ਅੰਦੋਲਨ ਦੇ ਵਿੱਚ ਆਪ ਉਹਨਾਂ ਨੇ ਕਮਿਟ ਕੀਤਾ ਕਿ ਸ਼ਹੀਦਾਂ ਨੂੰ ਮੁਆਵਜ਼ਾ ਮਿਲੇਗਾ, C2+50 ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਏਗੀ ਔਰ MSP ਦਾ ਕਾਨੂੰਨ ਬਣਾਇਆ ਜਾਏਗਾ। ਕਿਵੇਂ ਹੌਸਲਾ ਅਫਜ਼ਾਈ ਕਰੋਗੇ ਆਪਣੇ ਸਾਥੀ ਕਿਸਾਨਾਂ ਦੀ? ਹੋ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ, ਸੈਂਟਰ ਨਾ ਭੇਜਾ ਪੈਗਾ ਫਿਰ ਇੱਕ ਵਾਰੀ, ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ। ਧੂੰਆਂ ਤੈਨੂੰ ਚੜ੍ਹਦਾ ਏ ਖੇਤਾਂ ਦੀ ਪਰਾਲੀ ਦਾ, ਮਿਹਨਤਾਂ ਨਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ, MSP ਕਰਾਉਣੀ ਤੈਨੂੰ ਯਾਦ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ। ਸਾਡੇ ਸਿਰ ਝਾੜਦੀਆਂ ਕਰਜ਼ੇ ਤੇ ਕੁਰਕੀ, ਖੋਣਾ ਚਾਹੁੰਦੀ ਸਾਡੇ ਕੋਲ ਪੈਲੀਆਂ ਤੇ ਬੁਰਕੀ, ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। UP ਹਰਿਆਣਾ ਨਾਲ ਹੋਰ ਵੀ ਸਟੇਟਾਂ ਨੇ, ਬਿੰਦਰਾ ਕੀ ਰੋਕਣਾ ਏ ਸਾਨੂੰ ਬੈਰੀਕੇਟਾਂ ਨੇ, ਝੰਡੇ ਝੂਲਣੇ ਕਿਸਾਨੀ ਜਿੰਦਾਬਾਦ, ਦਿੱਲੀਏ ਨੀ ਤੇਰੀ, ਉਹ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ। ਭਾਰਤ ਰਤਨ ਦੇ ਕੇ ਢਿੱਡ ਨਹੀਂ ਉਹ ਭਰਨਾ, ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੈਣਾ ਲਾਗੂ ਕਰਨਾ, ਭਾਰਤ ਰਤਨ ਨਾਲ ਢਿੱਡ ਨਹੀਂ ਉਹ ਭਰਨਾ, ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੈਣਾ ਲਾਗੂ ਕਰਨਾ, ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼, ਦਿੱਲੀਏ ਨੀ ਤੇਰੀ ਹਿੱਕ ਤੇ, ਉਹ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਉਹ ਹਿੱਕ ਉੱਤੇ ਨੱਚੂਗਾ ਕਿਸਾਨ, ਦਿੱਲੀਏ ਨੀ ਤੇਰੀ ਹਿੱਕ ਤੇ। ਰੇਸ਼ਮ ਬਿਆ ਜੋਸ਼ ਦੇ ਵਿੱਚ, ਰੇਸ਼ਮ ਟਰੈਕਟਰ ਕੋਲੇ ਚੱਲਦੇ ਆ, ਰੇਸ਼ਮ ਵੀ ਬੇਹੱਦ ਜੋਸ਼ ਦੇ ਵਿੱਚ ਨਜ਼ਰ ਆਏ। ਤਾਂ ਇਹ ਜੋਸ਼ ਹੈ, ਕਿਵੇਂ ਨਾਰੇ ਲੱਗ ਰਹੇ ਨੇ, ਦੇਖੋ ਪੰਜਾਬੀ ਕਹਿੰਦੇ ਕਿ ਚੜ੍ਹਦੀ ਕਲਾ 'ਚ ਰਹਿੰਦੇ ਆ, ਇੱਕ ਪਾਸੇ ਤਾਂ ਟਕਰਾਅ, ਇੱਕ ਪਾਸੇ ਕਹਿੰਦੇ ਨੇ ਕਿ ਧਮਾਕੇ ਚੱਲ ਰਹੇ ਨੇ, ਅੱਥਰੂ ਗੈਸ ਸਿੱਟੀ ਜਾ ਰਹੀ ਆ, ਪਰ ਦੂਜੇ ਪਾਸੇ ਗਾਣੇ ਵੀ ਚੱਲ ਰਹੇ ਆ। ਪੰਜਾਬੀਆਂ ਦਾ ਸੁਭਾਅ ਜੋਸ਼ ਹੈ। ਤਾਂ ਆਹ ਦੇਖੋ, ਆਹ ਟਰੈਕਟਰ ਦੀ ਹਾਲਤ ਤੁਹਾਨੂੰ ਦਿਖਾਉਣੇ ਆ, ਆਹ ਟਰੈਕਟਰ ਦੀ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆ। ਆਹ ਉਹੀ ਟਰੈਕਟਰ ਹੈ ਜਿਹਦੇ ਸਾਰੇ ਟਾਇਰ ਪਾਟ ਗਏ ਨੇ ਔਰ ਦੋਨੇ ਟਾਇਰ ਇੱਧਰ, ਇਹ ਟਰੈਕਟਰ ਪੂਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਨੁਕਸਾਨਿਆ ਗਿਆ, ਗੋਲੀਆਂ ਲੱਗੀਆਂ ਨੇ ਟਾਇਰਾਂ ਦੇ ਵਿੱਚ। ਇਸ ਟਰੈਕਟਰ ਦਾ ਜਿਹੜਾ ਜਿੰਨਾ ਵੀ ਖਰਚਾ
ਉਹ ਕਹਿੰਦੇ ਨੇ ਕਿ ਰੇਸ਼ਮ ਅਨਮੋਲ ਚੱਕਣਗੇ। ਅਗਲੇ ਪਾਸੋਂ ਵੀ ਦਿਖਾ ਦਿੰਦੇ ਹਾਂ, ਅਗਲੇ ਪਾਸੋਂ ਵੀ ਦਿਖਾ ਦਿੰਦੇ ਹਾਂ ਕਿ ਕਿਸਾਨ ਦਾ ਪੁੱਤਾਂ ਵਰਗਾ ਹੁੰਦਾ ਟਰੈਕਟਰ, ਟਰੈਕਟਰ ਨੂੰ ਪੁੱਤਾਂ ਵਾਂਗ ਕਿਸਾਨ ਪਾਲਦਾ ਤੇ ਕਿਉਂਕਿ ਖੇਤੀ ਉਸਦੀ ਇਸੇ ਟਰੈਕਟਰ ਸਿਰ ਤੇ ਅੱਗੋਂ ਵੀ ਜਿਹੜਾ ਹੈਗਾ ਨੁਕਸਾਨਿਆ ਗਿਆ ਤਾਂ ਰੇਸ਼ਮ ਨੇ ਐਲਾਨ ਕੀਤਾ ਤਾਂ ਇੱਕ ਪਹਿਲ ਕੀਤੀ ਹੈ। ਰੇਸ਼ਮ ਇਸ ਟਰੈਕਟਰ ਤੇ ਹੈ ਕਿਹਦਾ, ਕੋਈ ਗੱਲਬਾਤ ਹੋਈ ਹੈ? ਮੈਨੂੰ ਕੁਝ ਨਹੀਂ ਪਤਾ ਕਿਹਦਾ ਟਰੈਕਟਰ ਹੈ, ਮੈਨੂੰ ਇਹ ਪਤਾ ਹੱਕ ਸੱਚ ਲਈ ਇੱਕ ਤੀਰਥ ਦੀ ਥਾਂ ਤੇ ਮੈਂ ਮੱਥਾ ਟੇਕਦਾ ਇਸ ਟਰੈਕਟਰ ਨੂੰ। ਇਕੱਲੇ ਇਸ ਟਰੈਕਟਰ ਨੂੰ ਨਹੀਂ, ਹਰ ਇੱਕ ਜੀ ਨੂੰ ਜਿਹੜਾ ਇੱਥੇ ਆਇਆ, ਇਹਨਾਂ ਬੈਰੀਕੇਟਾਂ ਨੂੰ ਸਾਰਿਆਂ ਨੂੰ ਮੱਥਾ ਟੇਕਦਾ, ਸਜਦਾ ਕਰਦਾ, ਕਿਉਂਕਿ ਇੱਕ ਤੀਰਥ ਹੈ, ਇਹ ਪਵਿੱਤਰਤਾ ਦੀ, ਸੱਚ ਦੀ, ਹੱਕ ਦੀ, ਇਨਸਾਨੀਅਤ ਦੀ ਲੜਾਈ ਹੈ। ਮੈਨੂੰ ਨਹੀਂ ਪਤਾ ਕਿਸੇ ਦਾ ਟਰੈਕਟਰ ਹੈ, ਪਰ ਇਸ ਟਰੈਕਟਰ ਨੂੰ ਮੈਂ ਪੂਰੀ ਤਰ੍ਹਾਂ ਠੀਕ ਕਰਾਵਾਂਗਾ, ਜੋ ਵੀ ਇੱਥੇ ਪੈਸਾ ਲੱਗੂਗਾ, ਜਿੰਨੀ ਕੁ ਮੇਰੀ ਔਕਾਤ ਹੈ ਆਪਾਂ ਜ਼ਰੂਰ ਹੈਲਪ ਕਰਾਂਗੇ ਅਤੇ ਠੀਕ ਕਰਾ ਕੇ ਦੇਵਾਂਗੇ ਟਰੈਕਟਰ। ਉਧਰ ਦਿੱਲੀ ਨੇੜੇ ਸਿੰਘੂ ਬਾਰਡਰ ਨੂੰ ਵੀ ਛਾਉਣੀ 'ਚ ਤਬਦੀਲ ਕੀਤਾ ਗਿਆ ਹੈ, ਜਿੱਥੇ ਵੱਡੀ ਗਿਣਤੀ 'ਚ ਰੈਪਿਡ ਐਕਸ਼ਨ ਫੋਰਸ ਦੀ ਤੈਨਾਤੀ ਕੀਤੀ ਗਈ ਹੈ ਅਤੇ ਸਵੇਰ ਤੋਂ ਹੀ ਟੀਮਾਂ ਗਸ਼ਤ ਕਰ ਰਹੀਆਂ ਨੇ। ਆਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਆਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ। ਵੇਖਿਆ ਜਾ ਸਕਦਾ ਹੈ ਕਿ ਚਾਹ ਪਾਣੀ ਦੇ ਲੰਗਰ ਜੋ ਨੇ ਉਹ ਵਰਤਾਏ ਜਾ ਰਹੇ ਨੇ, ਲੰਬੀਆਂ ਲੰਬੀਆਂ ਕਤਾਰਾਂ ਦੂਰ ਤੱਕ ਵੇਖੀਆਂ ਜਾ ਸਕਦੀਆਂ ਟਰੈਕਟਰ ਟਰਾਲੀ ਦੀਆਂ, ਜਿੱਥੇ ਕਿ ਕਿਸਾਨਾਂ ਦੇ ਵੱਲੋਂ ਰਾਤ ਇਹਨਾਂ ਟਰੈਕਟਰ ਟਰਾਲੀਆਂ 'ਚ ਹੀ ਬਿਤਾਈ ਗਈ ਹੈ। ਖੱਬੇ ਪਾਸੇ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ, ਕਿਸਾਨਾਂ ਦਾ ਜੋਸ਼ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਇਸ ਵਿਚਾਲੇ, ਜੋ ਹੈ ਚਾਹ ਪਾਣੀ ਦਾ ਲੰਗਰ ਵੀ ਉੱਥੇ ਵਰਤਾਇਆ ਗਿਆ। ਦੱਸ ਕੇ ਜੋ ਕਿਸਾਨਾਂ ਦੇ ਹੌਸਲੇ ਪੂਰੇ ਹੀ ਬੁਲੰਦ। आंदोलन के चलते सुबह हो चुकी है और आप देख सकते हैं कि सुबह का लंगर शुरू हो चुका है, जो एक सिख धर्म में सेवा भाव होता है, वो सेवा भाव यहां दिख रहा है। कहीं ना कहीं चाय का लंगर जो है सुबह सुबह चालू हो गया है और सभी लोग जो है वो चाय छक रहे हैं, बिस्किट है, चाय है, वो यहां सब लोग छक रहे हैं। तो आंदोलन जो है वो अभी 9 बजे के बाद शुरू होगा, लेकिन उससे पहले जो चाय है, बिस्किट है या जो भी खाना पीना है वो यहाँ किया जा रहा है। तो कहीं ना कहीं एक आंदोलन की जो रूपरेखा है वो अब 9 बजे के बाद बननी शुरू होगी और किस तरह से आगे आंदोलन चलेगा, क्या रहने वाला है, वो जो नेता आएंगे वो फैसला करेंगे कि अब आगे बढ़ना है या यहीं इसी को जो शंभू बॉर्डर जो है इसी को यहाँ से ही कंटिन्यू करना है। अब देख सकते हैं कि लंबी फहरिस्त है ट्रैक्टरों की, जो उसके अंदर किसान जो है अभी अंदर भी मौजूद हैं, बाहर भी निकल रहे हैं और कुछ कुछ बाहर चाय पीने के लिए आ रहे हैं। तो कहीं ना कहीं मंजर जो है वो वैसा ही दिख रहा है जैसा 2 साल पहले हमने सिंघू बॉर्डर पर, टिकरी बॉर्डर पर देखा था, वैसा ही मंजर यहाँ पूरी तरह से शुरू हो गया है। रात में भी यहीं ट्रॉलियों के अंदर, ट्रैक्टर ट्रॉलियों के अंदर रात गुजारी है किसानों ने, लेकिन अब जो फैसला है वो अब किसान जो नेता हैं उन्होंने लेना है। हमारी कुछ किसानों से भी बात हुई, उन्होंने कहा जो भी नेता फैसला लेंगे हम उसके अनुसार आगे बढ़ेंगे और अगर वो कहते हैं कि यहीं रहना है तो यहीं रह करके इस आंदोलन को जारी रखेंगे। कैमरामैन सनमप्रीत के साथ अंकित उदानी, न्यूज 18, शंभू बॉर्डर। ਤੇ ਵਿਚਾਲੇ ਚਾਰ ਵੱਖ ਵੱਖ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੇਖ ਪਾ ਰਹੇ ਹੋ। ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਜੋ ਕਿਸਾਨ ਨੇ ਉਹ ਜੁਟੇ ਹੋਏ ਨੇ। ਇਸ ਦੇ ਵਿਚਾਲੇ ਸਵੇਰ ਹੁੰਦਿਆਂ ਹੀ ਪ੍ਰਸ਼ਾਸਨ ਵੀ ਐਕਟਿਵ ਨਜ਼ਰ ਆਇਆ। ਪ੍ਰਸ਼ਾਸਨ ਦੇ ਵੱਲੋਂ ਹੰਝੂ ਗੈਸ ਦੇ ਗੋਲੇ, ਟੀਅਰ ਗੈਸ ਦੇ ਗੋਲੇ ਦਾਗੇ ਗਏ। ਇਸ ਦੇ ਵਿਚਾਲੇ ਤੀਜੀ ਤਸਵੀਰ ਤੁਸੀਂ ਵੇਖ ਪਾ ਰਹੇ ਹੋ, ਬਾਰਡਰ ਪੂਰੀ ਤਰੀਕੇ ਨਾਲ ਸੀਲ ਹੈ, ਪਰ ਕਿਸਾਨ ਵੱਲੋਂ ਸਟ੍ਰੈਟਜੀ ਬਕਾਇਦਾ ਬਣਾਈ ਜਾ ਰਹੀ ਕਿ ਅੱਜ ਕਿਸ ਕਿਸਮ ਦੇ ਨਾਲ ਦਿੱਲੀ ਕੂਚ ਕਰਨਾ ਹੈ। ਤੇ ਚੌਥੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਵੇਖ ਪਾ ਰਹੇ ਹੋ, ਸਿੰਘੂ ਬਾਰਡਰ ਦੀ ਕਿਤਨਾ ਕਿਤੇ ਜੋ ਯਾਦ ਸੀਗੀ ਉਹ ਤਾਜ਼ਾ ਹੋ ਗਈ ਹੈ। ਇਸ ਵਿਚਾਲੇ ਲੰਬੇ ਲੰਬੀਆਂ ਟਰੈਕਟਰ ਟਰਾਲੀ ਦੀਆਂ ਕਤਾਰਾਂ
ਦੇਖਣ ਨੂੰ ਮਿਲਿਆ ਕਿ ਸਾਡੇ ਵੱਲੋਂ ਉੱਥੇ ਰਾਤ ਬਿਤਾਈ ਗਈ ਇਸ ਵਿਚਾਲੇ ਚਾਹ ਪਾਣੀ ਦੇ ਲੰਗਰ ਵੀ ਉੱਥੇ ਵਰਤਾਏ ਗਏ ਨੇ, ਚੁੱਲ੍ਹੇ ਬਾਲੇ ਗਏ ਨੇ, ਇਸ ਵਿਚਾਲੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਅਤੇ ਸ਼ੰਭੂ ਬਾਰਡਰ 'ਤੇ ਅੱਜ ਦੂਜਾ ਦਿਨ ਹੈ, ਕਿਸਾਨੀ ਅੰਦੋਲਨ 2 ਦਾ ਅੱਜ ਦੂਜਾ ਦਿਨ ਹੈ। ਅੱਜ ਬਕਾਇਦਾ ਕਿਸਾਨ ਦੇ ਵੱਲੋਂ ਪੂਰੇ ਹੀ ਉਤਸ਼ਾਹ ਦੇ ਨਾਲ ਦੁਬਾਰਾ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਜੋ ਹੈ ਕੀਤੀ ਜਾਏਗੀ। ਇਸ ਦੇ ਵਿਚਾਲੇ ਪ੍ਰਸ਼ਾਸਨ ਵੀ ਕਾਫੀ ਜੋ ਹੈ ਅਲਰਟ ਨਜ਼ਰ ਆ ਰਿਹਾ, ਪ੍ਰਸ਼ਾਸਨੀ ਸਖਤੀ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਰਹੀ ਹੈ। ਵੱਡੀ ਗਿਣਤੀ ਜੋ ਕਿਸਾਨ ਨੇ ਉਹ ਜੁਟੇ ਹੋਏ ਨੇ। ਇਸ ਵਿਚਾਲੇ ਕਹਿਣਾ ਹੈ ਕਿ ਅੱਜ ਵੀ ਹੋਰ ਵੀ ਕਈ ਵੱਡੀ ਗਿਣਤੀ ਜੋ ਕਿਸਾਨ ਨੇ ਉੱਥੇ ਹੋਰ ਜੁਟ ਸਕਦੇ ਨੇ। ਸਵੇਰ ਹੁੰਦਿਆਂ ਹੀ ਪ੍ਰਸ਼ਾਸਨ ਵੀ ਐਕਟਿਵ ਨਜ਼ਰ ਆਇਆ, ਹਾਲਾਂਕਿ 7 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਹੈ। ਕੱਲ੍ਹ ਜੋ ਕਿਸਾਨ ਅੱਗੇ ਵਧੇ ਸੀਗੇ 2 ਲੇਅਰ ਦੀ ਬੈਰੀਕੇਡਿੰਗ ਹਟਾਉਣ 'ਚ ਕਾਮਯਾਬ ਵੀ ਰਹੇ ਸੀਗੇ। ਇਸ ਦੇ ਵਿਚਾਲੇ ਜੋ ਕੁਝ ਇੰਟਰਵੈਲ ਸੇ ਕੁਝ ਸਮਾਂ 'ਚ ਹੀ ਜੋ ਹੰਝੂ ਗੈਸ ਦੇ ਗੋਲੇ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਦਾਗੇ ਜਾ ਰਹੇ ਸੀਗੇ, ਹਾਲਾਂਕਿ ਜੋ ਨੌਜਵਾਨ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ, ਕੱਚੇ ਰਸਤਿਓ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਜੋ ਪੁਲਿਸ ਦੇ ਵੱਲੋਂ ਖੇਤਾਂ 'ਚ ਵੀ ਹੰਝੂ ਗੈਸ ਦੇ ਗੋਲੇ ਦਾਗੇ ਗਏ ਸੀਗੇ। ਇਸ ਪੂਰੀ ਜੱਦੋ ਜਹਿਦ 7 ਘੰਟੇ ਤੋਂ ਵੀ ਜ਼ਿਆਦਾ ਪੂਰੀ ਜੱਦੋ ਜਹਿਦ ਚੱਲੀ ਸੀਗੀ, ਜਦੋਂ ਕਿ 60 ਤੋਂ ਵੀ ਜ਼ਿਆਦਾ ਕਿਸਾਨ ਜ਼ਖਮੀ ਹੋਏ ਸੀਗੇ। ਇਸ ਵਿਚਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਕਈ ਕਿਸਾਨ ਜ਼ਖਮੀ ਹੋਏ ਸੀਗੇ, ਉਹਨਾਂ ਨੂੰ ਸੱਟਾਂ ਲੱਗੀਆਂ ਨੇ, ਕਈ ਅਸਥਮੈਟਿਕ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਅਸਥਮਾ ਨਾਲ ਜੂਝ ਰਹੇ ਨੇ, ਉਹਨਾਂ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਜੇਰੇ ਇਲਾਜ ਨੇ। ਪਰ ਅੱਜ ਸ਼ੰਭੂ ਬਾਰਡਰ 'ਤੇ ਕਿਹੋ ਜਿਹੀ ਤਸਵੀਰ ਰਹੇਗੀ, ਇਸ ਦੇ ਵਿਚਾਲੇ ਹਾਲ ਹੀ 'ਚ ਜੋ ਸਰਵਨ ਸਿੰਘ ਪੰਦੇਰ ਨੇ ਉਹਨਾਂ ਦੇ ਵੱਲ ਪ੍ਰੈਸ ਕਾਨਫਰੰਸ ਕੀਤੀ ਜਾਣੀ, ਬਕਾਇਦਾ ਐਲਾਨ ਕੀਤਾ ਜਾਏਗਾ ਕਿਸ ਕਿਸਮ ਦੇ ਨਾਲ ਅੱਜ ਦੀ ਪੂਰੀ ਸਟਰੈਟਜੀ ਜੋ ਹੈ ਉਹ ਕਿਸਾਨਾਂ ਦੀ ਵੇਖਣ ਨੂੰ ਮਿਲੇ। ਉਧਰ ਦਿੱਲੀ ਨੇੜੇ ਸਿੰਘੂ ਬਾਰਡਰ ਨੂੰ ਵੀ ਛੋਣਿਸ਼ ਤਬਦੀਲ ਕੀਤਾ ਹੋਇਆ ਹੈ, ਜਿੱਥੇ ਵੱਡੀ ਗਿਣਤੀ 'ਚ ਰੈਪਿਡ ਐਕਸ਼ਨ ਫੋਰਸ ਦੀ ਤੈਨਾਤੀ ਕੀਤੀ ਗਈ ਹੈ ਅਤੇ ਸਵੇਰ ਤੋਂ ਹੀ ਟੀਮਾਂ ਗਸ਼ਤ ਕਰ ਰਹੀਆਂ। ਤਸਵੀਰਾਂ ਤੁਹਾਨੂੰ ਵਿਖਾ ਰਹੇ, ਤਸਵੀਰ ਵੇਖੀ ਜਾ ਸਕਦੀ ਹੈ, ਇਸ ਦੇ ਵਿਚਾਲੇ ਸਿੰਘੂ ਬਾਰਡਰ ਦੀ ਆਹ ਤਸਵੀਰ ਹੈ ਜਿੱਥੇ ਵੇਖਿਆ ਜਾ ਸਕਦਾ ਹੈ ਕਿ ਵੱਡੀਆਂ ਜੋ ਸਲੈਬਾਂ ਨੇ ਉਹ ਨਜ਼ਰ ਆ ਰਹੀਆਂ ਨੇ। ਇਸ ਦੇ ਵਿਚਾਲੇ ਜੋ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਗਸ਼ਤ ਜੋ ਹੈ ਉਹ ਵਧਾ ਦਿੱਤੀ ਗਈ ਹੈ। ਕਿਸਮ ਕਿਸਮ ਦੀ ਵੀ ਜੋ ਚੂਕ 2020 'ਚ ਹੋਈ ਸੀਗੀ ਪ੍ਰਸ਼ਾਸਨ ਦੇ ਵੱਲੋਂ, ਉਹ ਚੂਕ ਦੁਹਰਾਈ ਨਾ ਜਾਏ ਇਸ ਦੇ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਅਤੇ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ 'ਤੇ ਵੇਖ ਪਾ ਰਹੇ ਹੋ। ਰੈਪਿਡ ਐਕਸ਼ਨ ਫੋਰਸ ਦੀ ਟੀਮਾਂ ਜੋ ਨੇ ਵੱਡੀ ਗਿਣਤੀ 'ਚ ਉੱਥੇ ਤੈਨਾਤ ਨੇ, ਪੈਰਾਮਿਲਟਰੀ ਫੋਰਸਿਸ ਦੀ ਵੀ ਤੈਨਾਤੀ ਕੀਤੀ ਗਈ ਹੈ। ਹਾਲਾਂਕਿ ਸਿੰਘੂ ਬਾਰਡਰ ਨੂੰ ਪੂਰੇ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੈ। ਪਰਸੋਂ ਕਮਰਸ਼ੀਅਲ ਵਾਹਨਾਂ ਦੀ ਜੋ ਐਂਟਰੀ ਸੀਗੀ ਉਹ ਬੰਦ ਕਰ ਦਿੱਤੀ ਗਈ ਸੀਗੀ, ਕੱਲ੍ਹ ਜੋ ਆਮ ਪਬਲਿਕ ਦੇ ਲਈ ਐਂਟਰੀ ਬੰਦ ਕਰ ਦਿੱਤੀ ਗਈ ਸੀਗੀ। ਸੈਕਸ਼ਨ 144 ਸਿੰਘੂ ਬਾਰਡਰ 'ਤੇ ਲਗਾਈ ਗਈ ਹੈ, ਜਿਹਨੇ ਵੀ ਦਿੱਲੀ ਯੂਪੀ ਦੇ ਤਮਾਮ ਬਾਰਡਰ ਨੇ, ਟਿਕਰੀ ਬਾਰਡਰ ਹੋਰ ਵੀ ਕੋਈ ਬਾਰਡਰ ਹੈ ਅਤੇ ਉਹਨਾਂ 'ਤੇ ਸੈਕਸ਼ਨ 144 ਲਗਾਈ ਗਈ ਹੈ। ਵੇਖਿਆ ਜਾ ਸਕਦਾ ਹੈ ਕਿ ਜੋ ਬੈਰੀਕੇਡਸ ਨੇ ਵੱਡੀ ਗਿਣਤੀ 'ਚ ਲਗਾਏ ਗਏ ਨੇ ਕਿ ਕਿਸੇ ਕਿਸਮ ਦੇ ਨਾਲ ਜੇ ਕਿਸਾਨ ਇੱਥੇ ਤੱਕ ਪਹੁੰਚਦੇ ਨੇ ਕਿਸ ਕਿਸਮ ਦੇ ਨਾਲ ਉਹਨਾਂ ਦੇ ਨਾਲ ਨਿਪਟਿਆ ਜਾਏ ਅਤੇ ਪੂਰੀ ਤਿਆਰੀ 'ਚ ਹੈ ਪ੍ਰਸ਼ਾਸਨ ਜੋ ਹੈ ਉਹ ਨਜ਼ਰ ਆ ਰਿਹਾ ਸੀ। 2020 'ਚ ਆਹੀ ਸਿੰਘੂ ਬਾਰਡਰ ਸੀਗਾ ਜਦੋਂ ਕਿ ਕਿਸਾਨ ਪੂਰੀ ਜੱਦੋ ਜਹਿਦ ਦੇ ਨਾਲ ਇੱਥੇ ਪਹੁੰਚ ਗਏ ਸੀਗੇ ਪ੍ਰਸ਼ਾਸਨ ਨਾਲ ਟਾਕਰਾ ਲੈਂਦੇ ਹੋਏ। ਇਸ ਦੇ ਵਿਚਾਲੇ 1 ਸਾਲ ਤੋਂ ਵੀ ਜ਼ਿਆਦਾ ਤੱਕ ਇੱਥੇ ਕਿਸਾਨੀ ਅੰਦੋਲਨ ਉਹਨਾਂ ਦੇ ਵੱਲੋਂ ਚਲਾਇਆ ਗਿਆ ਸੀਗਾ, ਹਾਲਾਂਕਿ ਵੱਡਾ ਸਮਰਥਨ ਉਸ ਵੇਲੇ ਕਿਸਾਨ ਨੂੰ ਮਿਲਿਆ ਸੀਗਾ। 1 ਸਾਲ ਤੋਂ ਵੀ ਜ਼ਿਆਦਾ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਜੋ ਹੈ ਉਹ ਡਟੇ ਹੋਏ ਸੀ। ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਨੇ ਟਿਕਰੀ ਬਾਰਡਰ ਦੀਆਂ ਤਸਵੀਰਾਂ, ਵੇਖਿਆ ਜਾ ਸਕਦਾ ਹੈ ਕਿ ਆ ਜੋ ਬੈਰੀਕੇਡਿੰਗ ਵੱਡੀ ਤਾਦਾਦ 'ਤੇ ਪੁਲਿਸ ਦੇ ਵੱਲੋਂ ਕੀਤੀ ਗਈ ਹੈ, ਬੈਰੀਕੇਡਸ ਰੱਖੇ ਗਏ ਨੇ, ਪੈਰਾਮਿਲਟਰੀ ਫੋਰਸਿਸ ਦੀ ਤੈਨਾਤੀ ਵੀ ਕੀਤੀ ਗਈ ਹੈ। ਇਸ ਦੇ ਵਿਚਾਲੇ ਜੋ ਦਿੱਲੀ ਦੇ ਨਾਲ ਲੱਗਦੇ ਤਮਾਮ ਜੋ ਬਾਰਡਰਸ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਹੈ, ਸੈਕਸ਼ਨ 144 ਲਗਾਈ ਗਈ ਹੈ।
ਦੇਖਿਆ ਜਾ ਸਕਦਾ ਹੈ ਕਿ ਸੀਮੰਡੀਆਂ ਵੱਡੀਆਂ ਵੱਡੀਆਂ ਸਲੈਬਾਂ ਵੀ ਨਜ਼ਰ ਆ ਰਹੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮਤ ਕੀਤੇ ਗਏ ਨੇ। ਪ੍ਰਸ਼ਾਸਨ ਇਸ ਟਾਈਮ ਕਿਸੇ ਵੀ ਤਰੀਕੇ ਦੀ ਚੂਕ ਨਹੀਂ ਚਾਹੁੰਦੀ, ਕਿਉਂਕਿ ਕਿਸਾਨ ਪਿਛਲੀ ਵਾਰ ਜਦੋਂ ਜਹਿਦ ਕਰਕੇ ਇੱਥੇ ਇਹਨਾਂ ਬਾਰਡਰਾਂ ਤੱਕ ਪਹੁੰਚ ਗਏ ਸੀਗੇ, ਇੱਥੇ ਉਹਨਾਂ ਦੇ ਵੱਲੋਂ ਡੇਰੇ ਲਗਾ ਦਿੱਤੇ ਗਏ ਸੀਗੇ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਦੇ ਵੱਲੋਂ ਡਟੇ ਹੋਏ ਸੀਗੇ। ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਉਹਨਾਂ ਦੇ ਵੱਲੋਂ ਮੋਰਚਾ ਲਗਾਇਆ ਗਿਆ ਸੀਗਾ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਵੇਖਿਆ ਜਾ ਸਕਦਾ ਹੈ ਕਿ ਪੂਰੇ ਪੁਖਤਾ ਇੰਤਜ਼ਾਮਤ ਕੀਤੇ ਗਏ ਨੇ। ਜੇ ਅਸੀਂ ਗੱਲ ਕਰੀਏ ਸ਼ੰਭੂ ਬਾਰਡਰ ਦੀ, ਉੱਥੇ ਵੀ ਹੈਵੀ ਬੈਰੀਕੇਡਿੰਗ ਕੀਤੀ ਗਈ ਹੈ, 7 ਲੇਅਰਸ ਦੀ ਬੈਰੀਕੇਡਿੰਗ ਕੀਤੀ ਗਈ ਹੈ। ਘੱਗਰ ਦਰਿਆ 'ਚ ਵੀ ਡੂੰਘੇ ਡੂੰਘੇ ਟੋਏ ਪੁੱਟ ਦਿੱਤੇ ਗਏ ਨੇ ਕਿ ਕੱਚੇ ਰਸਤੇ ਤੋਂ ਵੀ ਕਿਸਾਨ ਜੇ ਕੋਸ਼ਿਸ਼ ਕਰਨ ਤੇ ਉੱਥੋਂ ਵੀ ਜਾਂਚ ਨਾਕਾਮ ਰਹੇ। ਤੇ ਹੁਣ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਗਾਜ਼ੀਪੁਰ ਦੀ, ਤੇ ਕਿਸਾਨ ਅੰਦੋਲਨ ਨੂੰ ਲੈ ਕੇ ਬਾਰਡਰ ਤੋਂ ਬਾਰਡਰ ਤੱਕ ਜੋ ਹੈ ਕਰਫਿਊ ਵਰਗੇ ਹਾਲਾਤ ਬਣੇ ਹੋਏ ਨੇ। ਚੱਪੇ ਚੱਪੇ ਤੇ ਪੁਲਿਸ ਬਲ ਤੈਨਾਤ ਹੈ। ਟਿਕਰੀ ਬਾਰਡਰ ਤੋਂ ਵੀ ਹੈਵੀ ਬੈਰੀਕੇਡਿੰਗ ਕੀਤੀ ਗਈ ਹੈ। ਕਈ ਲੇਅਰ ਦੀ ਬੈਰੀਕੇਡਿੰਗ ਤੋਂ ਬਾਅਦ ਵੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਤੇ ਗਾਜ਼ੀਪੁਰ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਫੋਰਸ ਨਜ਼ਰ ਆ ਰਹੀ ਹੈ, ਰੈਪਿਡ ਐਕਸ਼ਨ ਫੋਰਸ ਕਿਤਨਾ ਕਿਤੇ ਨਜ਼ਰ ਆ ਰਹੀ ਹੈ। ਕਰੇਨਾਂ ਦੇ ਰਾਹੀਂ, ਜੇਸੀਬੀ ਮਸ਼ੀਨਾਂ ਦੇ ਰਾਹੀਂ ਜੋ ਹੈ ਵੱਡੇ ਵੱਡੇ ਪੱਥਰ ਸੀਮੈਂਟ ਦੀਆਂ ਸਲਾਬਾਂ ਨੂੰ ਰੱਖ ਕੇ ਜੋ ਹੈ ਪੂਰਾ ਰਸਤਾ ਬਲੌਕ ਕੀਤਾ ਜਾ ਰਿਹਾ। ਪ੍ਰਸ਼ਾਸਨ ਕਿਤਨਾ ਕਿਤੇ ਅਲਰਟ ਨਜ਼ਰ ਆ ਰਿਹਾ। ਜੇ ਅਸੀਂ ਦੂਜੇ ਪਾਸੇ ਗੱਲ ਕਰੀਏ ਤੇ ਜੋ ਆਮ ਲੋਕ ਨੇ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਜੋ ਹੈ ਕਰਨਾ ਪੈ ਰਿਹਾ ਹੈ। ਇਸ ਦੇ ਵਿਚਾਲੇ ਆਮ ਲੋਕਾਂ ਨੂੰ ਕੰਮਾਂ ਕਾਜਾਂ 'ਚ ਪਹੁੰਚਣ 'ਚ ਕਾਫੀ ਦਿੱਕਤ ਆ ਰਹੀ ਹੈ। ਇਸ ਦੇ ਵਿਚਾਲੇ ਜੇ ਅਸੀਂ ਗੱਲ ਕਰੀਏ ਤੇ ਬੋਰਡ ਐਗਜ਼ਾਮਸ ਵੀ ਬੱਚਿਆਂ ਦੇ ਸ਼ੁਰੂ ਹੋ ਚੁੱਕੇ ਨੇ ਤੇ ਕਈ ਥਾਵਾਂ ਤੇ ਇੰਟਰਨੈਟ ਸੇਵਾ ਵੀ ਠੱਪ ਜੋ ਹੈ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ। ਤੇ ਤਸਵੀਰਾਂ ਨੇ ਗਾਜ਼ੀਪੁਰ ਬਾਰਡਰ ਦੀਆਂ, ਜਿੱਥੇ ਕਿ ਵੇਖਿਆ ਜਾ ਸਕਦਾ ਕਿ ਹਰ ਬਾਰਡਰ ਨੂੰ ਪੁਲਿਸ ਦੇ ਵੱਲੋਂ ਸੀਲ ਕੀਤਾ ਜਾ ਰਿਹਾ ਹੈ ਕਿ ਜੇ ਕਿਸਾਨ ਇੱਥੇ ਤੱਕ ਪਹੁੰਚਦੇ ਨੇ ਤੇ ਉਹ ਦਿੱਲੀ ਦੇ ਅੰਦਰ ਐਂਟਰ ਨਾ ਕਰ ਸਕਣ। ਤੇ ਤਿੰਨ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੇਖ ਪਾ ਰਹੇ ਹੋ। ਪਹਿਲੀ ਤਸਵੀਰ ਹੈ ਗਾਜ਼ੀਪੁਰ ਬਾਰਡਰ ਦੀ, ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ 'ਚ ਪੁਲਿਸ ਬਲ ਉੱਥੇ ਤੈਨਾਤ ਹੈ। ਦੂਜੀ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਟਿਕਰੀ ਬਾਰਡਰ ਦੀ, ਤੇ ਤੀਜੀ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਸਿੰਘੂ ਬਾਰਡਰ ਦੀ, ਯਾਨੀ ਕਿ ਤਿੰਨ ਬਾਰਡਰ ਨੇ, ਮੇਨ ਬਾਰਡਰ ਨੇ ਜੋ ਦਿੱਲੀ ਦੀ ਜੋ ਬਰੂਹਾਂ 'ਚ ਲੱਗਦੇ ਨੇ, ਜਿੱਥੋਂ ਕਿ ਦਿੱਲੀ ਐਂਟਰ ਹੋਇਆ ਜਾਂਦਾ ਹੈ। ਤੇ ਤਿੰਨੋਂ ਜੇ ਅਸੀਂ ਕਹਿ ਸਕਦੇ ਹਾਂ ਕਿ ਬਾਰਡਰਸ ਤੇ ਹੈਵੀ ਬੈਰੀਕੇਡਿੰਗ ਕੀਤੀ ਗਈ ਹੈ, ਪੁਲਿਸ ਬਲ ਦੀ ਤੈਨਾਤੀ ਹੈ, ਰੈਪਿਡ ਐਕਸ਼ਨ ਫੋਰਸ ਉੱਥੇ ਵੱਡੀ ਗਿਣਤੀ 'ਚ ਮੌਜੂਦ ਹੈ, ਪੈਰਾਮਿਲਟਰੀ ਫੋਰਸਿਸ ਉੱਥੇ ਮੌਜੂਦ ਨੇ, ਹੈਵੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਤਿੰਨ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੇਖ ਪਾ ਰਹੇ ਹੋ। ਕਹਿ ਸਕਦੇ ਹਾਂ ਕਿ ਜੋ ਪ੍ਰਸ਼ਾਸਨ ਹੈ ਕਿਤਨਾ ਕਿਤੇ ਪੱਬਾ ਭਾਰ ਹੈ। ਪਹਿਲੀ ਤਸਵੀਰ ਹੈ ਗਾਜ਼ੀਪੁਰ ਬਾਰਡਰ ਦੀ, ਦੂਜੀ ਤਸਵੀਰ ਹੈ ਟਿਕਰੀ ਬਾਰਡਰ ਦੀ, ਤੀਜੀ ਤਸਵੀਰ ਹੈ ਜੋ ਹੈ ਸਿੰਘੂ ਬਾਰਡਰ ਦੀ, ਕਿ ਹੈਵੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ, ਵੱਡੀਆਂ ਵੱਡੀਆਂ ਸੀਮੈਂਟ ਦੀਆਂ ਸਲੈਬਾਂ ਰੱਖੀਆਂ ਜਾ ਰਹੀਆਂ ਨੇ। ਤੇ ਗਾਜ਼ੀਪੁਰ ਬਾਰਡਰ ਤੇ ਵੀ ਹੈਵੀ ਬੈਰੀਕੇਡਿੰਗ ਕੀਤੀ ਗਈ ਹੈ। ਜੇ ਅਸੀਂ ਗੱਲ ਕਰੀਏ ਤੇ ਸ਼ੰਭੂ ਬਾਰਡਰ ਤੋਂ ਲੈ ਕੇ ਤਮਾਮ ਜੋ ਦਿੱਲੀ ਦੇ ਨਾਲ ਲੱਗੇ ਸਾਰੇ ਬਾਰਡਰਸ ਨੇ, ਸਾਰੇ ਹੀ ਬਾਰਡਰਸ ਤੇ ਪੁਲਿਸ ਦਾ ਹੈ ਐਕਸ਼ਨ ਵੇਖਣ ਨੂੰ ਨਜ਼ਰ ਆ ਰਿਹਾ।